ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਅਸੀਂ ਭਾਈ ਲਕਸ਼ਮਣ ਸਿੰਘ ਸ਼ਹੀਦ ਜਿਹੜੇ ਸਾਕਾ ਨਨਕਾਣੇ ਵਾਲੇ ਆ ਉਹਨਾਂ ਦੇ ਸੀ। ਕੀ ਹਾਲ ਹੈ? ਉਹ ਯਾਰ ਲਕਸ਼ਮਣ ਸਿੰਘ ਦਾ ਉਹਨਾਂ ਦੇ ਘਰ ਅੱਗੇ ਨੀ ਲਕਸ਼ਮਣ ਸਿੰਘ ਧਾਰੋਵਾਲ ਦਾ ਘਰ, ਲਕਸ਼ਮਣ ਸਿੰਘ ਧਾਰੋਵਾਲ ਦਾ ਘਰ ਹੁੰਦਾ ਸੀ ਪਹਿਲਾਂ ਇੱਥੇ। ਸਕੂਲ ਦੇ ਮਾਸਟਰ ਜੀ, ਸਕੂਲ ਦੇ ਮਾਸਟਰ ਨੀ ਬਣਾਉਂਦੇ ਦਾੜੀ ਵਾਲੇ, ਉਹਦਾ ਘਰ ਪਤਾ ਕਿੱਥੇ, ਕਿੱਧਰ ਨੂੰ ਜਾਣਾ? ਹਾਂਜੀ ਜੀ, ਅਸੀਂ ਜਾ ਰਹੇ ਹਾਂ ਜੀ ਭਾਈ ਲਕਸ਼ਮਣ ਸਿੰਘ ਧਾਰੋਵਾਲ ਜੀ ਸ਼ਹੀਦ। ਹਾਂਜੀ ਜੀ, ਅਸੀਂ ਪਹੁੰਚੇ ਹੋਏ ਹਾਂ ਇਸ ਵਕਤ ਪਿੰਡ ਧਾਰੋਵਾਲ ਪਹੁੰਚੇ ਹੋਏ ਹਾਂ ਜੀ। ਸਤਿ ਸ੍ਰੀ ਅਕਾਲ ਬਾਬਾ ਜੀ। ਦੋ ਬਾਜ਼ਾਰ ਛੱਡ ਕੇ ਨਾ ਤੇ ਅੱਗੋਂ ਤੁਸੀਂ ਤੀਸਰੇ ਚੋਂ ਸੱਜੇ ਮੁੜਨਾ ਵਾ। ਤੁਹਾਡਾ ਪਿੰਡ ਦਿਖਾਈਏ। ਬਣਾ ਰਹੇ ਹਾਂ ਜੀ, ਬਿਲਕੁਲ ਜੀ, ਬਹੁਤ ਬਹੁਤ ਔਖ ਹੋ ਰਹੀ ਹੈ ਜੀ ਵੀਡੀਓ ਕਰਦੇ ਹੋਏ। ਅਸੀਂ ਜੀ ਭਾਈ ਲਕਸ਼ਮਣ ਸਿੰਘ ਸ਼ਹੀਦ ਜਿਹੜੇ ਹੈ ਧਾਰੋਵਾਲੀ ਉਹਨਾਂ ਦੇ ਪਿੰਡ ਪਹੁੰਚੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਅੱਜ ਤੁਹਾਨੂੰ ਸੰਗਤਾਂ ਨੂੰ ਹਾਂਜੀ। ਇਹ ਜੀ ਪਿੰਡ ਦਾ ਪੁਰਾਤਨ ਗੁਰਦੁਆਰਾ ਸੀ ਜਿੱਥੇ, ਠੀਕ ਹੈ ਜੀ, ਇਹ ਉਹ ਜਗ੍ਹਾ ਜੀ, ਇਹਨੂੰ ਕਿਹਾ ਜਾਂਦਾ ਜੀ ਧਾਰੋਵਾਲ, ਧਾਰੋਵਾਲ ਕਿਹਾ ਜਾਂਦਾ ਪਿੰਡ ਨੂੰ, ਔਰ ਧਾਰੋਵਾਲੀ ਪਿੰਡ ਹੈ। ਔਰ ਇੱਥੇ ਭਾਈ ਲਕਸ਼ਮਣ ਸਿੰਘ ਸ਼ਹੀਦ ਜਿਹੜੇ ਹੈ ਸਾਕਾ ਨਨਕਾਣੇ ਵਾਲੇ, ਉਹਨਾਂ ਦਾ ਪਿੰਡ ਹੈ ਜੀ। ਅਸੀਂ ਉਹਨਾਂ ਦਾ ਘਰ ਦੇਖਣ ਲਈ ਆਏ ਹਾਂ ਜੀ। ਕਿਸ ਪਾਸੇ ਜੀ? ਹਾਂਜੀ, ਸਾਨੂੰ ਭਾਈ ਜੀ ਗਾਈਡ ਕਰ ਰਹੇ ਆ ਨਾਲ ਨਾਲ, ਤੁਸੀਂ ਅੱਗੇ ਚੱਲੋ ਭਾਜੀ, ਅਤੇ ਅਸੀਂ ਉੱਥੇ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਵੀਡੀਓ ਬਾਰ ਬਾਰ ਡਿਸਕਨੈਕਟ ਹੋ ਰਹੀ ਹੈ, ਅਤੇ ਭਾਜੀ ਜਾਣਾ ਨਹੀਂ, ਅਸੀਂ ਜਿੱਥੇ ਤੱਕ ਹੋ ਸਕਿਆ ਪੂਰੀ ਕੋਸ਼ਿਸ਼ ਕਰਾਂਗੇ। ਇਹ ਘਰ ਹੈ ਜੀ ਇਹਨਾਂ ਦਾ, ਲਓ ਜੀ। ਨਹੀਂ ਨਹੀਂ ਭਾਈ ਧਾਰੋਵਾਲੀ ਜੀ ਦਾ ਘਰ ਜਿਹੜਾ ਸੀ ਆਖਰੀ ਨਿਸ਼ਾਨੀਆਂ ਜੀ ਉਹਨਾਂ ਦੇ ਘਰ ਦੀਆਂ। ਸਾਡੇ ਨਾਲ ਸਿੰਘ ਸਾਹਿਬ ਪਹੁੰਚੇ ਆ ਜੀ, ਸਾਡੇ ਆਸਟ੍ਰੇਲੀਆ ਵਾਲੇ ਸਿੰਘ। ਹਾਂਜੀ ਭਾਜੀ, ਅਸੀਂ ਅੱਜ ਕਿੰਨਾ ਦੇ ਪਿੰਡ ਆਏ ਹਾਂ ਜੀ? ਇਹ ਕਿੰਨਾ ਦਾ ਪਿੰਡ ਆ ਜੀ? ਇਹ ਸ਼ਹੀਦ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲੀ, ਜਿਹਨਾਂ ਦੇ ਬਾਰੇ ਅਸਲ 'ਚ ਮੈਨੂੰ ਵੀ ਅੱਜ ਹੀ ਪਤਾ ਲੱਗਾ ਵਾ ਕਿ ਇਹ ਪਿੰਡ ਉਹਨਾਂ ਦਾ ਵਾ, ਕਿਉਂਕਿ ਇੱਕ ਧਾਰੋਵਾਲੀ ਗੁਰਦਾਸਪੁਰ ਜ਼ਿਲ੍ਹੇ 'ਚ ਆ ਜਿੱਥੇ ਦੱਸਿਆ ਜਾਂਦਾ ਕਿ ਉਹਨਾਂ ਦਾ ਪਿੰਡ ਆ, ਜਿਹੜਾ ਸਾਡਾ ਮਨੌਤ ਆ। ਅਤੇ ਸਾਡਾ ਮਕਸਦ ਇੱਥੇ ਆਉਣ ਦਾ ਇਹੀ ਹੈ ਕਿਉਂਕਿ ਭਾਈ ਸਾਹਿਬ ਜਿਹੜੇ ਆ ਉਹਨਾਂ ਨੇ ਦੱਸਿਆ ਸੀ ਕਿ ਅਸਲੀ ਪਿੰਡ ਅਸਲ 'ਚ ਉਹਨਾਂ ਦਾ ਆਹ ਵਾ ਅਤੇ ਭੁਲੇਖੇ ਨਾਲ ਉਹ ਧਾਰੋਵਾਲੀ ਆ। ਇਹ ਅਸੀਂ ਹੁਣ ਅਸੀਂ ਪਾਕਿਸਤਾਨ ਦੇ ਵਿੱਚ ਆਏ, ਸ਼ਾਹਕੋਟ ਤੋਂ ਅੱਗੇ ਕਿੰਨੇ ਕਿਲੋਮੀਟਰ ਹੋਊ ਜੀ ਸ਼ਾਹਕੋਟ ਇੱਥੋਂ? ਇੱਥੋਂ ਜੀ 6 ਕਿਲੋਮੀਟਰ ਅੱਗੇ ਆ ਜੀ। ਹਾਂਜੀ, ਅਤੇ ਇੱਥੇ ਅਸੀਂ ਇਹ ਧਾਰੋਵਾਲੀ ਪਿੰਡ ਆ, ਅਤੇ ਇੱਥੇ ਭਾਈ ਸਾਹਿਬ ਜਿਹੜੇ ਉਹ ਅੱਗੇ ਆ ਚੁੱਕੇ ਸੀ, ਉੱਥੇ ਉਦੋਂ ਬਜ਼ੁਰਗ ਹੁੰਦੇ ਸੀ ਜਿਨ੍ਹਾਂ ਦੇ ਨਾਲ ਉਹ ਗੱਲ ਕਰਕੇ ਗਏ। ਹੁਣ ਉਹ ਬਜ਼ੁਰਗ ਜਿਹੜੇ ਉਹ ਇਸ ਦੁਨੀਆਂ 'ਚ ਨਹੀਂ ਹੈਗੇ, ਅਤੇ ਭਾਈ ਸਾਹਿਬ ਨਾਲ ਵੀ ਗੱਲ ਕਰ ਲੈਂਦੇ ਹਾਂ, ਨਾਲੇ ਉਹ ਪਹਿਲਾਂ ਵੀ ਦੇਖ ਕੇ ਗਏ ਆ ਪੁਰਾਣੀਆਂ ਨਿਸ਼ਾਨੀਆਂ, ਉਹਨਾਂ ਨੂੰ ਉੱਦਾਂ ਵੀ ਯਾਦ ਆਜੂ। ਅਤੇ ਆਹ ਜਿਹੜੀ ਉਹ ਤੁਸੀਂ ਆਰਕ 'ਤੇ ਦਿਖਾਈ ਦਿਓ ਨਾ, ਹਾਂਜੀ ਹੈ ਕਿ ਨਹੀਂ? ਹਾਂਜੀ ਜੀ, ਇਹ ਪੁਰਾਣੀ ਜਗ੍ਹਾ ਜੀ, ਪੁਰਾਤਨ ਉਹ ਜਗ੍ਹਾ ਆ ਜਿੱਥੇ ਭਾਈ ਅੰਦਰ ਦੇਖ, ਭਾਜੀ ਕਹਿ ਰਹੇ ਅੰਦਰ ਵੀ ਨਜ਼ਰ ਮਾਰ ਲਓ। ਪੂਰਾ ਨਾਮ ਉਹਨਾਂ ਦਾ ਜੀ? ਭਾਈ ਲਕਸ਼ਮਣ ਸਿੰਘ ਧਾਰੋਵਾਲੀ ਸ਼ਹੀਦ ਸਾਕਾ ਨਨਕਾਣਾ, ਮਹਾਨਤਾ ਨੇ ਜਿਨ੍ਹਾਂ ਨੂੰ ਪੁੱਠਾ ਟੰਗ ਕੇ ਸਾੜਿਆ ਸੀ।
ਜੀ ਘਰ ਦਾ ਥੋੜਾ ਜਿਹਾ ਹਿੱਸਾ ਜਿਹੜਾ ਬਾਕੀ ਹੈ ਉਹ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਵਿਹੜੇ ਵਿੱਚ ਅਸੀਂ ਆ ਗਏ ਹਾਂ ਇਸ ਵੇਲੇ। ਆਹ ਜੀ ਪੁਰਾਤਨ ਜਿਹੜੀ ਜਗ੍ਹਾ ਬਾਕੀ ਹੈ ਉਹ ਦੇਖ ਲਓ ਜੀ ਤੁਸੀਂ, ਉਹ ਨਾਲ ਦੀ ਨਾਲ ਅੱਗੇ ਸ਼ੇਅਰ ਕਰ ਦਿਓ। ਵੀਡੀਓ ਦਾ ਮੈਂ ਟਾਈਟਲ ਬਦਲ ਦੇਵਾਂਗਾ ਜੀ, ਭਾਅ ਜੀ ਆਸਟ੍ਰੇਲੀਆ ਤੋਂ ਆਏ ਨੇ ਜੀ ਇਸ ਜਗ੍ਹਾ ਨੂੰ ਦੇਖਣ ਵਾਸਤੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਰਾਜੀ ਖੁਸ਼ੀ ਜੇ ਸਾਨੂੰ ਪਤਾ ਲੱਗਾ ਕਿ ਇਸ ਥਾਂ ਤੇ ਗੁਰਦੁਆਰਾ ਸਾਹਿਬ ਸੀਗਾ ਪਹਿਲਾਂ ਹੁੰਦਾ, ਤੇ ਜਿਹੜੇ ਇੱਕ ਸਾਡੇ ਦੇਖਿਓ ਕਿਤੇ ਧਾਰੋ ਵਾਲੀ ਪਿੰਡ ਤੋਂ ਉਹਨਾਂ ਦਾ ਘਰ ਇੱਥੇ ਸੀਗਾ। ਅਸੀਂ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਸਾਡੇ ਨਾਲ ਆਏ, ਉਹਨਾਂ ਦੱਸਿਆ ਤੇ ਅਸੀਂ ਚਲੋ ਫਿਰਦੇ ਫਿਰਦੇ ਅਸੀਂ ਕਿਹਾ ਦਰਸ਼ਨ ਵੇਲੇ ਕਰਕੇ ਆਉਂਦੇ ਹਾਂ, ਹੈ ਕਿ ਨਹੀਂ। ਪੁਰਾਣੀਆਂ ਯਾਦਾਂ ਖਤਮ ਹੋ ਰਹੀਆਂ ਵਾ, ਅਸੀਂ ਕਿਹਾ ਕਰੀ ਜਦੋਂ ਵੀਡੀਓ ਬਣ ਜਾਣ ਫਿਰ ਰਹਿ ਜਾਂਦੀਆਂ ਉਹਨਾਂ ਦੇ ਵਿੱਚ। ਠੀਕ ਹੈ ਜੀ, ਭਾਈ ਲਕਸ਼ਮਣ ਸਿੰਘ ਧਾਰੋਵਾਲੀ ਜੀ। ਇਹਨਾਂ ਦਾ ਜੀ ਕਰੀਬੀ ਗਾਉਂ ਸੀ ਸਠਿਆਲੀ ਚੱਕ 25। ਅੱਛਾ, ਉਹ ਰਸਤੇ ਚ ਹੀ ਹੈ ਉਹ। ਚੇਲੇ ਵਾਲਾ ਨਿਜ਼ਾਮਪੁਰਾ ਕ੍ਰਾਸ ਕਰੀਏ। ਅੱਛਾ ਜੀ, ਬੀਬੀ ਜੀ ਕੀ ਹਾਲ ਹੈ? ਠੀਕ ਹੋ ਬੀਬੀ ਜੀ? ਸਤਿ ਸ੍ਰੀ ਅਕਾਲ, ਠੀਕ ਠਾਕ ਜੇ? ਬੀਬੀ ਜੀ ਮੈਨੂੰ ਇਹ ਦੱਸੋ ਕਿ ਤੁਹਾਡੀ ਉਮਰ ਕਿੰਨੀ ਹੈ? ਆਸਟ੍ਰੇਲੀਆ ਚੋਂ ਇੱਥੇ ਗੁਰਦੁਆਰਾ ਹੁੰਦਾ ਸੀ ਨਾ, ਇਹਨਾਂ ਦਾ ਉਹ ਘਰ ਸੀ ਵਾਲੀ ਜਗ੍ਹਾ ਤੇ, ਇਹਨਾਂ ਦੇ ਜਿਹੜੇ ਗੁਰੂ ਸੀ ਵੱਡੇ। ਭਾਈ ਲਕਸ਼ਮਣ ਦਾਸ ਜਿਹੜੇ ਸ਼ਹੀਦ ਸਾਕਾ ਨਨਕਾਣਾ ਹੋਇਆ ਸੀ, ਜਿਹੜਾ ਇੱਕ ਸਿੰਘ ਸ਼ਹੀਦ ਹੋਇਆ ਸੀ ਨਾ ਜਿਹਨੂੰ ਜ਼ਿੰਦਾ ਸਾੜ ਦਿੱਤਾ ਸੀ ਪੁੱਠਾ ਟੰਗ ਕੇ ਦਰਖਤ ਦੇ ਨਾਲ, ਉਹ ਇਸ ਪਿੰਡ ਦਾ ਸੀ। ਔਰ ਇਹ ਜਿਹੜਾ ਘਰ ਹੈ ਉਹਨਾਂ ਦਾ ਬਣਦਾ ਹੈ। ਹਾਂਜੀ, ਗੁਰਦੁਆਰੇ ਦੇ ਨਾਲ ਉਹਨਾਂ ਦਾ ਘਰ ਸੀ। ਤੁਸੀਂ ਸੁਣਿਆ ਸੀ ਕਦੀ ਆਪਣੇ ਬਚਪਨ ਚ ਜਿਹਨਾਂ ਨੇ ਬਾਬਾ ਗੁਰੂ ਨਾਨਕ ਦਾ ਗੁਰਦੁਆਰਾ ਆਜ਼ਾਦ ਕਰਾਇਆ ਸੀ ਅੰਗਰੇਜ਼ਾਂ ਤੋਂ? ਤੁਹਾਨੂੰ ਪਤਾ ਕੁਛ, ਤੁਹਾਨੂੰ ਕੁਛ ਚੇਤਾ ਇਸ ਗੱਲ ਦਾ? ਉਮਰ ਜ਼ਿਆਦਾ ਹੋ ਗਈ। ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਨਹੀਂ ਚੇਤਾ ਤੇ ਖੈਰ ਸਲਾਹ, ਕੋਈ ਗੱਲ ਨੀ। ਮਾਰ ਕੇ ਬਚੀ ਆ, ਹਾਲ ਨਹੀਂ ਕੋਈ ਨਹੀਂ, ਮਾਰ ਕੇ ਬਚੀ ਆਣਾ। ਤਕਰੀਬਨ 2-4 ਸਾਲ ਤੋਂ ਜ਼ਿਆਦਾ, ਮਤਲਬ ਨਹੀਂ ਤੇ ਪਹਿਲੇ ਵਾਵਾ ਨਕਸ਼ਾ ਉਹਨਾਂ ਦਾ ਹੁੰਦਾ ਸੀ, ਗੁਰਦੁਆਰੇ ਦਾ ਪੂਰਾ ਦਰਵਾਜ਼ਾ ਵਗੈਰਾ ਸਭ ਸਾਰਾ ਕੁਛ ਹੀ ਸੀਗਾ। 2-4 ਤਕਰੀਬਨ 5 ਸਾਲ ਮੈਕਸੀਮਮ ਲਾ ਲਓ। ਆ ਘਰ ਜਿਹੜਾ ਕਿ ਉਹ ਪਰਲਾ ਘਰ, ਜਿਹੜੀ ਇੱਕ ਉੱਚੀ ਕੰਧ ਦਾ ਇੱਕ ਆ ਘਰ ਆ, ਇਹ ਸਰ ਸਾਰਾ ਹੀ ਗੁਰਦੁਆਰਾ, ਸਾਰਾ ਹੀ ਗੁਰਦੁਆਰਾ ਸਾਹਿਬ ਸੀਗਾ ਤੇ ਸਾਰਾ ਹੀ ਇੱਥੇ ਹੁਣ 2-4 ਪਰਿਵਾਰ ਰਹਿੰਦੇ ਆ। ਹਾਂਜੀ, 2-4। ਅੱਛਾ, ਲਓ ਜੀ ਸੰਗਤ ਜੀ, ਇਹ ਸਾਰੇ ਸਾਡੇ ਆਪਣੇ ਭੈਣ ਭਰਾ ਵਾ ਜਿਹੜੇ ਇਸ ਵੇਲੇ ਇੱਥੇ ਰਹਿ ਰਹੇ ਆ। ਚਲੋ ਅਸੀਂ ਭਾਵੇਂ ਦੇਸ਼ਾਂ ਵਿਦੇਸ਼ਾਂ ਨੂੰ ਇੱਧਰ ਉੱਧਰ ਚਲੇ ਗਏ ਆ, ਇਹ ਵੀ ਸਾਰੇ ਆਪਣੇ ਹੀ ਆ ਜਿਹੜੇ ਇਸ ਵੇਲੇ ਰਹਿ ਰਹੇ ਆ। ਸਾਰਾ ਗੁਰਦੁਆਰਾ ਸਾਹਿਬ ਦਾ ਸਥਾਨ ਸੀਗਾ ਤੇ ਆਸਤਾ ਆਸਤਾ ਜੀ ਦੇਖ ਲਓ ਚੀਜ਼ਾਂ ਖਤਮ ਹੋ ਗਈਆਂ, ਪੁਰਾਤਨ ਜਿਹੜੀਆਂ ਸਨ ਤਵਾਰੀਖੀ ਜਿਹੜੀਆਂ। ਕਬੱਡੀ ਕਬੱਡੀ ਖੇਲਦੇ ਰਹੇ ਨੇ ਜਿਹੜੇ ਆਪਣੇ ਸੀ ਨਾ ਪਹਿਲੇ ਰਹਿ ਰਹੇ ਮਨੋ ਮੋਚੀ ਆ, ਉਹ 110-115 ਸਾਲ ਉਮਰ ਹੈ ਉਹਨਾਂ ਕੋਲ। ਤੁਹਾਨੂੰ ਸਹੀ ਜਿਹੜੀ ਹੈ ਨਾ ਸਾਰੀ ਮਾਲੂਮਾਤ ਆਪਣੀ ਇਸ ਪਿੰਡ ਦੀ। ਹਾਂਜੀ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਮੈਂ ਪਹੁੰਚਿਆ ਵਾਂ ਅੱਜ ਪਿੰਡ
ਧਾਰੋਵਾਲ, ਭਾਈ ਲਕਸ਼ਮਣ ਸਿੰਘ ਸ਼ਹੀਦ ਧਾਰੋਵਾਲ ਜਿਹੜੇ ਆ, ਜਿਨ੍ਹਾਂ ਨੇ ਸਾਕਾ ਨਨਕਾਣਾ, ਜਿਨ੍ਹਾਂ ਦਾ ਅੱਜ ਦਿਨ ਮਨਾਇਆ ਜਾ ਰਿਹਾ ਸੀ, ਜਿਨ੍ਹਾਂ ਦਾ ਅਸੀਂ ਅੱਜ ਪ੍ਰੋਗਰਾਮ ਰਿਕਾਰਡ ਕੀਤਾ ਸੀ, ਜਿਨ੍ਹਾਂ ਦੇ ਬਾਰੇ 'ਚ ਅਸੀਂ ਨਨਕਾਣਾ ਸਾਹਿਬ ਆਏ ਸੀ ਸਪੈਸ਼ਲ ਜਿਹੜਾ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਸਾਡੇ ਭਾਈ ਪਹੁੰਚੇ ਸੀ, ਆਪਣਾ ਭਾਈ ਨਿਸ਼ਾਨ ਸਿੰਘ ਵੀ ਆਸਟ੍ਰੇਲੀਆ ਤੋਂ, ਅਤੇ ਅੱਜ ਮੈਂ ਕਹਾਂਗਾ ਕਿ ਖੁਸ਼ਕਿਸਮਤੀ ਹੈ ਮੇਰੀ ਵੀ ਕਿ ਨਾਲ ਇਹ ਤਾਰੀਖੀ ਅਸਥਾਨ ਹੈ, ਤਾਰੀਖੀ ਜਗ੍ਹਾ, ਜਿਨ੍ਹਾਂ ਨੇ, ਯਾਨੀ ਕਹਿ ਲਓ ਕਿ ਉਹ ਭਾਈ ਸਾਹਿਬ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ 120 ਦੇ ਕਰੀਬ ਸ਼ਹੀਦੀਆਂ ਦਿੱਤੀਆਂ, ਔਰ ਮਹਾਨਤਾ ਕੋਲੋਂ ਜਿਹੜਾ ਬਾਬਾ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਜਿਹੜਾ, ਉਹਨਾਂ ਦੀ ਜਾਇ ਪੈਦਾਇਸ਼ ਜਿਹੜੀ ਹੈ, ਉਹਨਾਂ ਦੀ ਬਰਥ ਪਲੇਸ ਜਿਹੜੀ ਹੈ, ਉਹ ਵਾਗਜ਼ਾਰ ਕਰਾਈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਵੀ ਇਹ ਮਤਲਬ ਕਿ ਉਹਨਾਂ ਦਾ ਪਿੰਡ ਜਿਹੜਾ ਉਹ ਕਿੱਥੇ ਪੈਂਦਾ, ਉਹ ਸਾਨੂੰ ਅੱਜ ਭਾਈ ਜਨਮ ਸਿੰਘ ਨੇ ਦੱਸਿਆ ਸੀ, ਅਤੇ ਅਸੀਂ ਬਸ ਉਸੇ ਵੇਲੇ ਹੀ, ਜਿੱਦਾਂ ਤਾਂ ਤੁਹਾਨੂੰ ਪਤਾ ਕਿ ਮੈਨੂੰ ਜ਼ਰਾ ਜਿਹਾ ਪਤਾ ਲੱਗੇ ਕਿ ਕਿਸੇ ਪਾਸੇ ਵੀ ਕੋਈ ਤਵਾਰੀਖ ਪਈ ਹੋਈ ਹੈ, ਅਸੀਂ ਇਤਿਹਾਸ ਨਾਲ ਜੁੜੀ ਹੋਈ, ਅਤੇ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਵਾਂ। ਤੁਸੀਂ ਦੇਖ ਰਹੇ ਹੋ ਸ਼ਹੀਦ ਭਾਈ ਲਕਸ਼ਮਣ ਸਿੰਘ ਜੀ ਜਿਹੜੇ ਨੇ, ਉਹਨਾਂ ਦਾ ਘਰ ਔਰ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਗੁਰਦੁਆਰਾ ਉਸਾਰਿਆ ਹੋਇਆ ਸੀ ਪਹਿਲੇ। ਕੱਚੇ ਰਸਤੇ ਆ ਜੀ, ਬਹੁਤ ਜ਼ਿਆਦਾ ਕੱਚੇ ਮਤਲਬ ਕਿ ਘਰ ਨੇ, ਔਰ ਕਿੰਨੀ ਕੁ ਦੇਰ ਤੱਕ ਖੜ੍ਹੇ ਰਹਿ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਜੀ। ਇਹ ਗੁਰਪਿਆਰੀ ਸੰਗਤ ਜੀ, ਇਹਨੂੰ ਨਾਲ ਦੀ ਨਾਲ ਜਿਹੜਾ ਨਾ ਸ਼ੇਅਰ ਕਰਦੇ ਚੱਲੋ। ਹਾਂਜੀ ਭਾਜੀ, ਠੀਕ ਹੈ ਜੀ, ਨਾਲ ਦੀ ਨਾਲ, ਕਿਉਂਕਿ ਮੈਂ ਪਿੰਡ ਪੰਜਾਬ ਦੇ ਕਹਿ ਰਿਹਾ ਸੀ, ਆਈ ਐਮ ਸੋ ਸੋਰੀ ਫੋਰ ਦੈਟ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਅਸੀਂ ਕਿਹੜੇ ਵੇਲੇ ਪਿੰਡ ਧਾਰੋਵਾਲ ਪਹੁੰਚ ਗਏ ਹਾਂ ਜੀ, ਧਾਰੋਵਾਲ ਹੀ ਪਹੁੰਚ ਗਏ ਹਾਂ, ਲਿਹਾਜ਼ਾ ਮੈਂ ਥੋੜ੍ਹੀ ਦੇਰ ਬਾਅਦ ਇਹਦਾ ਪਿੰਡ ਦਾ ਜਿਹੜਾ ਟਾਈਟਲ ਹੈ ਉਹ ਚੇਂਜ ਕਰਾਂਗਾ। ਸੋ ਪਲੀਜ਼ ਇਹਨੂੰ ਨਾਲ ਦੀ ਨਾਲ ਸ਼ੇਅਰ ਕਰਦੇ ਚੱਲੋ। ਅੱਜ ਸਾਕਾ ਨਨਕਾਣਾ, ਅੱਜ ਦੀ ਸ਼ਾਮ ਢਲ ਗਈ ਹੈ, ਇਹੀ ਸ਼ਾਮ ਸੀ ਉਹ, ਠੀਕ ਹੈ ਜੀ, 1921 ਦੇ ਵਿੱਚ 21 ਫਰਵਰੀ ਦਾ ਇਹੀ ਦਿਨ ਸੀ ਉਸ ਵੇਲੇ, ਔਰ ਜਦੋਂ ਇਹ ਭਾਣਾ ਵਰਤਿਆ। ਲੇਕਿਨ ਸ਼ਹੀਦੀਆਂ ਦੇਣ ਤੋਂ ਬਾਅਦ ਬਾਬੇ ਨਾਨਕ ਦਾ ਸਥਾਨ ਜਿਹੜਾ ਸੀ ਮਹੰਤਾਂ ਕੋਲੋਂ ਇਹਨਾਂ ਨੇ ਵਾਗਜ਼ਾਰ ਕਰਾ ਲਿਆ ਸੀ। ਠੀਕ ਹੈ ਜੀ, ਅਸੀਂ ਤੁਹਾਨੂੰ ਬਾਹਰ ਤੋਂ ਥੋੜ੍ਹਾ ਜਿਹਾ ਫਿਰ ਦੁਬਾਰਾ ਤੋਂ ਦਰਸ਼ਨ ਕਰਾ ਦਈਏ। ਤੁਸੀਂ ਦੇਖ ਰਹੇ ਹੋ ਪਿੰਡ ਧਾਰੋਵਾਲ, ਭਾਈ ਲਕਸ਼ਮਣ ਸਿੰਘ ਸ਼ਹੀਦ ਧਾਰੋਵਾਲੀ ਜਿਹੜੇ ਆ, ਇਹ ਉਹਨਾਂ ਦਾ ਪਿੰਡ ਹੈ ਜੀ। ਠੀਕ ਹੈ ਜੀ, ਅੱਜ ਜੋ ਲੋਕ ਸਿੱਖੀ ਸਰੂਪ ਸਜਾ ਕੇ ਬੈਠੇ ਆ, ਜੋ ਆਪਣੇ ਆਪ ਨੂੰ ਗੁਰੂ ਸਿੰਘ ਕਹਿੰਦੇ ਨੇ, ਗੁਰੂ ਦਾ ਸਿੱਖ ਕਹਿੰਦੇ ਨੇ, ਇਹਨਾਂ ਭਾਈ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹਦੇ ਕਾਰਨ ਹੀ ਇਹ ਜਿਹੜੇ ਆ ਪਹਿਲਾ ਗੁਰਦੁਆਰਾ ਕਹਿ ਲਓ ਤੁਸੀਂ ਜਨਮ ਅਸਥਾਨ, ਔਰ ਦੂਸਰਾ ਗੁਰਦੁਆਰਾ ਜਿੱਥੇ ਦੇ ਸਾਡੇ ਭਾਈ ਜਸਕਰਨ ਸਿੰਘ ਜਿਹੜੇ ਨੇ, ਗਿਆਨੀ ਜਸਕਰਨ ਸਿੰਘ ਬਾਬੇ ਦੀ ਬੇਰੀ, ਦੂਸਰਾ ਗੁਰਦੁਆਰਾ ਜਿਹੜਾ ਉਹ ਵਾਗਜ਼ਾਰ ਕਰਾਇਆ ਗਿਆ ਸੀ ਸਿਆਲਕੋਟ ਵਾਲਾ, ਯਾਨੀ ਕਿ ਸਿਆਲਕੋਟ ਦੇ ਅੰਦਰ ਜਿਹੜਾ ਗੁਰਦੁਆਰਾ ਸੀ, ਗੁਰਦੁਆਰਾ ਸਾਹਿਬ ਬਾਬੇ ਦੀ ਬੇਰ ਸਾਹਿਬ, ਠੀਕ ਹੈ ਜੀ, ਉਹ ਪਹਿਲਾ ਗੁਰਦੁਆਰਾ ਔਰ ਜਨਮ ਅਸਥਾਨ, ਇਹ ਦੋ ਚੀਜ਼ਾਂ ਜਿਹੜੀਆਂ ਸੀ ਸਭ ਤੋਂ ਪਹਿਲੇ ਵਾਗਜ਼ਾਰ ਕਰਾਈਆਂ ਗਈਆਂ ਸੀ। ਗੁਰੂ ਪਿਆਰੀ ਸੰਗਤ ਜੀ, ਭਾਈ ਸਾਹਿਬ ਆ ਰਹੇ ਨੇ, ਭਾਈ ਜਨਮ ਸਿੰਘ ਜੀ, ਇਹਨਾਂ ਨੇ ਹੀ ਸਾਨੂੰ ਸਾਂਝ ਪਾਈ ਹੈ ਇਸ ਜਗ੍ਹਾ ਦੀ ਕਿ ਵੀ ਇੱਥੇ ਭਾਈ ਲਕਸ਼ਮਣ ਸਿੰਘ ਸ਼ਹੀਦ ਧਾਰੋਵਾਲ ਜਿਹੜੇ ਨੇ ਉਹਨਾਂ ਦੀ ਜਾਇ ਪੈਦਾਇਸ਼ ਹੈ ਜਗ੍ਹਾ, ਔਰ ਇਹ ਉਹਨਾਂ ਦਾ ਪਿੰਡ ਹੈ ਇਸੇ ਜਗ੍ਹਾ ਦੇ ਉੱਤੇ। ਹੁਣ ਦੇਖੋ ਤੁਸੀਂ, ਇਹ ਸਭ ਲੋਕ ਜਦੋਂ ਹਿਸਟਰੀ ਦਾ ਪਤਾ ਲੱਗਾ, ਤਵਾਰੀਖ ਦਾ ਪਤਾ ਲੱਗਾ, ਔਰ ਪੂਰਾ ਪਿੰਡ ਜਿਹੜਾ ਸਾਡੇ ਦੁਆਲੇ ਇਕੱਠਿਆ ਹੋ ਚੁੱਕਿਆ ਹੋਇਆ ਇਸ ਵੇਲੇ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਇਸ ਕੌਮ ਨੇ ਬੜੀਆਂ ਸ਼ਹਾਦਤਾਂ ਦਿੱਤੀਆਂ, ਤਾਰੀਖ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਦੀ ਹੈ। ਲੇਕਿਨ ਦੂਜੀ ਗੱਲ ਇਹ ਵੀ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ, ਆਪਣੀਆਂ ਜਗ੍ਹਾ ਨੂੰ ਭੁੱਲ ਜਾਂਦੀਆਂ ਨੇ, ਉਹ ਕੱਖਾਂ ਵਾਂਗਣ ਰੁੱਲ ਜਾਂਦੀਆਂ ਨੇ। ਅੱਜ ਸਵੇਰੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲ, ਸ਼ਹੀਦ ਭਾਈ ਮੰਗਲ ਸਿੰਘ ਜੀ ਕਿਰਪਾਨ ਬਹਾਦਰ, ਇਸੇ ਪਿੰਡ ਦੇ ਰਹਿਣ ਵਾਲੇ ਸ਼ਹੀਦ ਭਾਈ ਆਤਮਾ ਸਿੰਘ ਜੀ, ਸ਼ਹੀਦ ਭਾਈ ਈਸ਼ਰ ਸਿੰਘ ਜੀ ਅਤੇ ਹੋਰ ਬੇਅੰਤ ਸਿੰਘਾਂ ਦੀ, ਜਿਨ੍ਹਾਂ ਨੇ ਇਸ ਸ਼ਹੀਦੀ ਸਾਕੇ ਵੇਲੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਜਦੋਂ ਗੱਲ ਕਰ ਰਹੇ ਸਾਂ, ਅਤੇ ਇਸ ਸ਼ਹੀਦੀ ਸਾਕੇ ਤੋਂ ਇੱਕ ਦਿਨ ਪਹਿਲਾਂ ਸ਼ਾਮ ਦੀ
ਜਿਹੜੀ ਵਾਰਤਾ ਜਿਹੜੀ ਘਟਨਾ ਇਸ ਪਿੰਡ ਵਿੱਚ ਹੋਈ ਉਹ ਦਸ ਸੰਗਤਾਂ ਨਾਲ ਸਾਂਝੀ ਕਰ ਰਿਹਾ ਸੀ ਤੇ ਉਸ ਘਟਨਾ ਨੂੰ ਚਾਹੇ ਨਨਕਾਣਾ ਸਾਹਿਬ ਬੈਠ ਕੇ ਸੁਣਾ ਤਾਂ ਰਿਹਾ ਸੀ ਲੇਕਿਨ ਮੇਰੀ ਜਿਹੜੀ ਸੁਰ ਸੀ ਉਹ ਇਸ ਧਾਰੋਵਾਲ ਦੇ ਇਸ ਪਿੰਡ ਦੇ ਵਿੱਚ ਟਿਕੀ ਹੋਈ ਸੀ ਕਿਉਂਕਿ ਇੱਕ ਦਿਨ ਪਹਿਲਾਂ ਸ਼ਾਮ ਨੂੰ ਭਾਈ ਸਾਹਿਬ ਜੀ ਨੇ ਆ ਸਾਹਮਣੇ ਜਿਹੜਾ ਤੁਸੀਂ ਥੋੜ੍ਹਾ ਜਿਹਾ ਅੱਗੇ ਆਓ ਚਲੋ ਠੀਕ ਹੈ ਇੱਥੇ ਠੀਕ ਹੈ ਇਹ ਨਾ ਹੋਇਆ ਕਿ ਡਿਸਕਨੈਕਟ ਹੋ ਜਾਵੇ ਚਲੋ ਤੇ ਮੈਂ ਆਪ ਜੀ ਨੂੰ ਨਹੀਂ ਅੱਛਾ ਜੀ ਜੀ ਵੀਰ ਜੀ ਬੋਲਦੇ ਚਲੋ ਤੁਸੀਂ ਤੁਸੀਂ ਦੇਖੋ ਪਿੰਡ ਨਿਵਾਸੀ ਕਿਸ ਤਰ੍ਹਾਂ ਸਾਡੇ ਨਾਲ 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 ਬੱਚੇ ਸਾਰੇ ਪੂਰਾ ਪਿੰਡ ਇਕੱਠਾ ਹੋਇਆ ਜੀ ਇਸ ਵੇਲੇ ਸਤਸੰਗ ਸੀ ਆਹ ਜਗ੍ਹਾ ਸੀ ਜਿੱਥੇ ਇਸ ਧਾਰੋਵਾਲੀ ਪਿੰਡ ਦਾ ਗੁਰਦੁਆਰਾ ਸਾਹਿਬ ਸੀ ਸ਼ਾਮ ਦੇ ਵੇਲੇ ਦੀਵਾਨ ਸਜਿਆ ਰਾਏ ਭੋਜ ਦੀ ਤਲਵੰਡੀ ਤੇ ਮਹੰਤ ਨਾਰਾਇਣ ਦਾਸ ਜੋ ਵੀ ਉਹ ਤੇ ਉਹਦੇ ਗੁੰਡੇ ਚਾਹੇ ਉਹ ਜੜਾਂਵਾਲ ਤੋਂ ਆਉਣ ਵਾਲੀ ਸੰਗਤ ਹੋਵੇ ਚਾਹੇ ਉਹ ਪੋਠੋਹਾਰ ਤੋਂ ਆਉਣ ਵਾਲਾ ਸਰਦਾਰ ਬੂਟਾ ਸਿੰਘ ਹੋਵੇ ਜਿਹਦੇ ਸਿਰ ਤੋਂ ਕਿਰਪਾਨ ਲਾ ਕੇ ਸਿਰ ਦਿੱਤੀ ਗਈ ਸ੍ਰੀ ਨਨਕਾਣਾ ਸਾਹਿਬ ਦੇ ਸਰੋਵਰ ਵਿੱਚ ਇਹ ਕਹਿ ਕੇ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਅੰਮ੍ਰਿਤਧਾਰੀ ਮੱਥਾ ਨਹੀਂ ਟੇਕ ਸਕਦਾ ਇਹ ਸਾਡੀ ਦੁਕਾਨ ਹੈ ਜਿੱਥੇ ਅਸੀਂ ਚਾਹਵਾਂਗੇ ਉਹ ਉਸੇ ਤਰ੍ਹਾਂ ਹੀ ਇਹ ਹੋਏਗਾ ਇਹ ਘਟਨਾਵਾਂ ਜਿਹੜੀਆਂ ਨਨਕਾਣਾ ਸਾਹਿਬ ਵਿੱਚ ਵਾਪਰ ਰਹੀਆਂ ਸਨ ਚਾਹੇ ਹੈਦਰਾਬਾਦ ਦੇ ਜੱਜ ਦੀ 13 ਸਾਲ ਦੀ ਬੱਚੀ ਬੀਬੀ ਰਜਨੀ ਜਿਹਦੀ ਪੱਤ ਸੋਦਾ ਰਹਿਸਾ ਦੇ ਪਾੜ ਦੇ ਸ਼ੋਰ ਦੇ ਵਿੱਚ ਉਹਨਾਂ ਮਹੰਤਾਂ ਦੇ ਗੁੰਡਿਆਂ ਨੇ ਤਾਰ ਤਾਰ ਕਰਕੇ ਰੱਖ ਦਿੱਤੀ ਇਹਦੀਆਂ ਗੂੰਜਾਂ ਇਸ ਪਿੰਡ ਵਿੱਚ ਵੀ ਗੂੰਜੀਆਂ ਤੇ ਇੱਥੋਂ ਦੇ ਰਹਿਣ ਵਾਲੇ ਭਾਈ ਸ਼ਹੀਦ ਭਾਈ ਲਛਮਣ ਸਿੰਘ ਜੀ ਧਾਰੋਵਾਲ ਇਸ ਸਥਾਨ ਦੇ ਅੰਦਰ ਆਪ ਜੀ ਨੇ ਜਦੋਂ ਸ਼ਾਮ ਦੇ ਵੇਲੇ ਅਰਦਾਸ ਕੀਤੀ ਸੋਦਰ ਦਾ ਪਾਠ ਹੋਇਆ ਸਿੱਧੋਦਰ ਦੇ ਪਾਠ ਤੋਂ ਬਾਅਦ ਆਪ ਜੀ ਜਦੋਂ ਤਾਬਿਆ ਤੇ ਆਪ ਨੇ ਹੁਕਮਨਾਮਾ ਲਿੱਤਾ ਹੁਕਮਨਾਮਾ ਲੈਣ ਵੇਲੇ ਆਪ ਜੀ ਦੀ ਧਰਮ ਪਤਨੀ ਬੀਬੀ ਈਸ਼ਰ ਕੌਰ ਜੀ ਚਵਰ ਸਾਹਿਬ ਦੀ ਸੇਵਾ ਕਰ ਰਹੇ ਸਨ ਤੇ ਹੁਕਮਨਾਮਾ ਆਇਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤਿਸ ਵੇ ਆਪ ਵਿੱਚ ਆਈ ਔਰ ਇਹਦੀਆਂ ਪੰਕਤੀਆਂ ਜਦੋਂ ਅੱਗੇ ਵਧਦੀਆਂ ਗਈਆਂ ਤੇ ਨਾਲ ਨਾਲ ਉਹਨਾਂ ਦੀ ਅੱਖਾਂ ਚ ਇਹ ਵਿਰਾਗ ਵੀ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਕਿ ਇਹ ਸਤਿਗੁਰ ਜੀ ਅੱਜ ਜੋ ਆਪ ਜੀ ਸਾਨੂੰ ਹੁਕਮਨਾਮਾ ਬਖਸ਼ ਰਹੇ ਹੋ ਕਿ ਲਛਮਣ ਸਿੰਘ ਅਗਰ ਉਸ ਰਾਏ ਭੋਜ ਦੀ ਤਲਵੰਡੀ ਦੇ ਵਿੱਚ ਪੈਦਾ ਹੋਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਨੂੰ ਬਚਾਉਣਾ ਚਾਹੁੰਦਾ ਇੱਕ ਗੱਲ ਯਾਦ ਰੱਖ ਆਪਣੇ ਤਨ ਦੇ ਬੋਟੀਆਂ ਬੋਟੀਆਂ ਕਰਵਾਉਣੀਆਂ ਪੈਣਗੀਆਂ ਟੁਕੜੇ ਟੁਕੜੇ ਹੋਣਾ ਪਏਗਾ ਤਨ ਨੂੰ ਜਲਾਉਣਾ ਪਏਗਾ ਔਰ ਬੀਬੀ ਇੰਦਰ ਕੌਰ ਜੀ ਨੇ ਆਪ ਜੀ ਧਰਮ ਪਤਨੀ ਨੇ ਪੁੱਛਿਆ ਬੜੇ ਵਿਰਾਗ ਚ ਆ ਗਏ ਹੋ ਗੁਰੂ ਸਾਹਿਬ ਕੀ ਕਹਿ ਰਹੇ ਨੇ ਕਹਿਣ ਲੱਗੇ ਇੰਦਰ ਕੌਰੇ ਅੱਜ ਗੁਰੂ ਸਾਹਿਬ ਕਹਿੰਦੇ ਨੇ ਲਛਮਣ ਸਿੰਘ ਧਾਰੋਵਾਲ ਅਗਰ ਉਸ ਗੁਰਦੁਆਰੇ ਦੇ ਵਿੱਚ ਗੁਰੂ ਨਾਨਕ ਦੀ ਮਰਿਆਦਾ ਨੂੰ ਬਹਾਲ ਕਰਨਾ ਹੈ ਉਸ ਮਹੰਤ ਦੇ ਗੁੰਡੇ ਰਾਜ ਦੇ ਤਾਂਡਵ ਨਾਚ ਨੂੰ ਖਤਮ ਕਰਨਾ ਹੈ ਤੇ ਕਹਿਣ ਲੱਗੇ ਤੈਨੂੰ ਫਿਰ ਬਲਿਦਾਨ ਦੇਣਾ ਪਏਗਾ ਔਰ ਸਵੇਰੇ ਆਪਾਂ ਇਸ ਗੱਲ ਲਈ ਇਸ ਜਗ੍ਹਾ ਤੋਂ ਚਾਲੇ ਪਾਉਣੇ ਹਨ ਇਹ ਪਹਿਲਾ ਪੜਾਓ ਹੈ ਜਿਸ ਜਗ੍ਹਾ ਤੋਂ ਭਾਈ ਲਛਮਣ ਸਿੰਘ ਜੀ ਨੇ ਸ਼ਾਮ ਨੂੰ ਆਪਣੇ ਧਰਮ ਪਤਨੀ ਨੂੰ ਦੱਸ ਦਿੱਤਾ ਕਿ ਸਵੇਰੇ ਆਪਾਂ ਇੱਥੋਂ ਜਾਣਾ ਹੈ ਇਸੇ ਹੀ ਜਗ੍ਹਾ ਤੇ ਉਹਨਾਂ ਦੇ ਘਰ ਵਿੱਚ ਹੀ ਭਾਈ ਮੰਗਲ ਸਿੰਘ ਜੀ ਕਿਰਪਾਨ ਬਹਾਦਰ ਜਿਹਦਾ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ ਉਹਦਾ ਮੁਕਲਾਵਾ ਆਇਆ ਸੀ ਉਸਨੇ ਜਦੋਂ ਘਰ ਆਇਆ ਕੰਮ ਤੋਂ ਉਹਨੇ ਪੁੱਛਿਆ ਬੇਬੇ ਜੀ ਕੀ ਗੱਲ ਅੱਜ ਪਿਤਾ ਜੀ ਸ਼ਾਮ ਨੂੰ ਇਸ਼ਨਾਨ ਕਰਦੇ ਪਏ ਨੇ ਤਿਆਰੇ ਕਿਸ ਗੱਲ ਕਿੱਧਰ ਨੂੰ ਜਾਣ ਦੀ ਤਿਆਰੀ ਹਾਂ ਕਿਆ ਬੇਟਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦਾ ਜਿਹੜਾ ਫੈਸਲਾ ਕਰ ਲਿਆ ਗਿਆ ਹੈ ਕਹਿਣ ਲੱਗਾ ਫਿਰ ਮੈਂ ਵੀ ਨਾਲ ਜਾਵਾਂਗਾ ਉਹਦੀ ਸੱਸ ਤੇ ਸਹੁਰਾ ਵੀ ਨਾਲ ਆਏ ਸਨ ਆਪਣੀ ਧੀ ਦਾ ਜਦੋਂ ਮੁਕਲਾਵਾ ਲੈ ਕੇ ਉਹਨੇ ਕਿਹਾ ਪੁੱਤਰਾ ਅਜੇ 4 ਦਿਨ ਤਾਂ ਹੋਏ ਨੇ ਆਪਣੀ ਧੀ ਨੂੰ ਤੇਰੇ ਲੜ ਲਾਇਆ ਤੇਰੇ ਉਸ ਗੁਰਦੁਆਰੇ ਵਿੱਚ ਪੱਲੇ ਟੈਂਡੇ ਲਾਗੀ ਦੇ ਸ਼ਬਦ ਬੜੇ ਗਏ ਨੇ ਤੇ ਅੱਜ ਤੂੰ ਕਹਿੰਦਾ ਮੈਂ ਸ਼ਹੀਦ ਹੋਣ ਲਈ ਜਾਣਾ ਉਹ ਕਹਿਣ ਲੱਗਾ ਮਾਏ
इस मेरे धर्म के पिता लक्ष्मण सिंह ने तेरी धी दे पले फड़ान तो पहला पहला मैनू गुरु ग्रंथ साहब दे लड़ लाया हो और उदे दसी हुई मर्यादा उदे दसे हसूलां दे चलदिया हो मैं 3 साल कृपान करके जेल भी कटी। इस खालसा पंथ ने मैनू माण बख्शिया मैनू मंगल सिंह तो मंगल सिंह कृपान बहादुर का खिताब दिता ते गुरमुख प्यारे उन्हां दी धर्म पत्नी। इस तरह जिहड़ा इह जत्था इस जगह तो फिर अगे वधिया रस्ते इसी पड़ाव तो क्योंकि दास जदों इस जगह ते आया ते जदों मैं पहली बार आया सी काफी सालां दी गल है इस पिंड दे विच बहुत सारे बजुर्ग सन जिन्हां दी मेरे कोल वीडियो भी सन लेकिन अज जदों मैं पिंड आया पता लगदा कि ओह भी चढ़ाई कर गया ओह भी दुनिया तो चला गया। दुनिया ते हर एक ही बंदा जिहड़ा आया उन्हें एक ना एक दिन जाना ही जाना है। गल यह है कि दुनिया चो जाना तो सारिया ने लेकिन करके की जाना है। एक ओक का दरख्त है जिहदी उम्र 300 साल होंदी एक दरख्त का नाम है ओक 300 साल का ओक का दरख्त ना किसी नूं छां दिंदा है ना उहदे ते फुल लगदे ने ना उहदे ते फल लगदे ने ना उहदी लकड़ किसी काम आउंदी है लेकिन लीली का फुल एक दिन की जिंदगी होंदी है सवेरे खिड़दा है जिहड़ा उहनूं देखदा उहदे अंदर भी खेड़ा ते खुशी भर दिंदा है। जिंदगी किड्डी वड्डी है इहदी अहमियत नहीं है अहमियत इस गल दी कि जिंदगी विच असीं की करके गए हां साडे मरन तों बाद 4 बंदे सानूं याद करन ਇਹ ਗੱਲ ਮੇਨ ਹੈ। ਅੱਜ ਦੇ ਦਿਨ 21 ਫਰਵਰੀ ਸਨ 1921 ਨੂੰ ਇਸ ਧਾਰੋਵਾਲੀ ਦੇ ਪਿੰਡ ਦੇ ਜਿਹੜੇ ਵਾਸੀ ਲੋਕ ਨੇ ਇਹਨਾਂ ਲਈ ਵੱਡੀ ਫਕਰ ਵਾਲੀ ਗੱਲ ਹੈ ਕਿ ਇਸ ਪਿੰਡ ਦੇ ਵਿੱਚੋਂ ਹੀ ਵਕਤ ਬਦਲਦਾ ਰਹਿੰਦਾ ਲੇਕਿਨ ਇਸ ਪਿੰਡ ਦਾ ਇੱਕ ਯੋਧਾ ਜਿਹੜਾ ਅੱਜ ਤੋਂ 98 ਸਾਲ ਪਹਿਲਾਂ ਇਸ ਪਿੰਡ ਤੋਂ ਨਿਕਲਿਆ ਔਰ ਉਸਨੇ ਜਾ ਕੇ ਬਾਬੇ ਨਾਨਕ ਦੇ ਉਸ ਘਰ ਨੂੰ ਆਜ਼ਾਦ ਕਰਾਇਆ ਜਿਸ ਘਰ ਨੇ ਇੱਕੋ ਗੱਲ ਕਹੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਵੀ ਦੁਨੀਆਂ ਦੇ ਲੋਕੋ ਅਸੀਂ ਸਾਰੇ ਇਕੱਲਾ ਤੋਂ ਪੈਦਾ ਹੋਏ। ਉਸ ਬਾਬੇ ਨਾਨਕ ਨੇ ਬਾਬਾ ਫਰੀਦ ਜੀ ਦੇ ਕਲਾਮ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਔਰ ਕਿਹਾ ਉੱਠ ਫਰੀਦਾ ਹੁਜ਼ੂ ਸਾਜ ਸੁਬਹ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨੇਵੇ ਸੋ ਸਿਰ ਕਾ ਪੁਤਾਰ ਵੀ ਮੁਸਲਮਾਨ ਹੈ ਤੇ ਮੋਮ ਦਿਲ ਹੋ ਮੁਸਲਮਾਨ ਹੈ 5 ਵਕਤ ਨਮਾਜ਼ ਪੜ ਹੱਕ ਸੱਚ ਦੀ ਕਮਾਈ ਕਰ ਦੂਸਰੇ ਦੀ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਪੈਣਾ ਸਮਝ ਆਪਣੀ ਨੂੰ ਵੱਡੀ ਨੂੰ ਮਾਂ ਬਰਾਬਰ ਦੀ ਨੂੰ ਭੈਣ ਛੋਟੇ ਨੂੰ ਧੀ ਕਰਕੇ ਸਮਝ ਹੱਕ ਹਲਾਲ ਦੀ ਕਮਾਈ ਕਰੇਗਾ ਇਸ ਦੁਨੀਆਂ ਦੇ ਵਿੱਚ ਵੀ ਤੇਰੀ ਇੱਜ਼ਤ ਹੋਏਗੀ ਤੇ ਜਦੋਂ ਅੱਲਾ ਦੀ ਬਾਰਗਾਹ ਦੇ ਵਿੱਚ ਜਾ ਕੇ ਮਰਨ ਤੋਂ ਬਾਅਦ ਜਾਏਗਾ ਤਾਂ ਵੀ ਤੈਨੂੰ ਸ਼ਰਮਿੰਦਗੀ ਦਾ ਜਿਹੜਾ ਹੈ ਉਹ ਮੂੰਹ ਨਹੀਂ ਦੇਖਣਾ ਪਏਗਾ ਤੇ ਅੱਜ ਨਨਕਾਣਾ ਸਾਹਿਬ ਵਿੱਚ ਇਹ ਦਿਨ ਜਿਹੜਾ ਦਿਹਾੜਾ ਸ਼ਹੀਦਾਂ ਦਾ ਦਿਹਾੜਾ ਮਨਾਇਆ ਗਿਆ ਦੁਨੀਆਂ ਭਰ ਤੋਂ ਲੋਕ ਉੱਥੇ ਆਏ ਸਾਡੇ ਨਾਲ ਵੀਰ ਨਿਸ਼ਾਨ ਸਿੰਘ ਜੀ ਆਏ ਨੇ ਬਾਬਾ ਜੀ ਜਿਹੜੇ ਨੇ ਆਸਟ੍ਰੇਲੀਆ ਤੋਂ ਬਾਬਾ ਜੀ ਜਿਹੜੇ ਕਿ ਹਮੇਸ਼ਾ ਹੀ ਪਾਕਿਸਤਾਨ ਦੇ ਉਨੀਆਂ ਸਿੱਖ ਇਤਿਹਾਸ ਦੇ ਨਾਲ ਜਾਂ ਇਨਸਾਨਾਂ ਦੀ ਜਿਹੜੀ ਤਾਰੀਖ ਹੈ ਜਿੱਥੇ ਸੱਚ ਦੀ ਆਵਾਜ਼ ਬੁਲੰਦ ਹੋਈ ਉਹਨੂੰ ਹਮੇਸ਼ਾ ਲੈ ਕੇ ਦੁਨੀਆਂ ਦੇ ਸਾਹਮਣੇ ਦਿਖਾਉਂਦੇ ਰਹੇ ਇਸ ਗੱਲ ਕਰਕੇ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਹਰ ਇੱਕ ਨਾਲ ਹੀ ਪਿਆਰ ਤੇ ਮੁਹੱਬਤ ਨਾਲ ਰਹਿੰਦੇ ਨੇ ਜਿਸ ਦਾ ਜਾਗਦਾ ਸਬੂਤ ਹੈ ਕਿ ਇੰਨੀ ਦੇਰ ਤੋਂ ਬਾਅਦ ਆਉਣ ਤੋਂ ਬਾਅਦ ਵੀ ਕਿੰਨੇ ਲੋਕ ਜਿਹੜੇ ਨੇ ਇਸ ਗੱਲ ਨੂੰ ਜਿਹੜੇ ਨੇ ਉਹ ਸੁਣਦੇ ਨੇ ਆ ਜਿਹੜਾ ਨਾਲ ਦਾ ਘਰ ਹੈ ਇਹਦੇ ਨਾਲ ਹੀ ਜੰਝ ਘਰ ਹੁੰਦਾ ਸੀ ਪਹਿਲਾਂ ਇਹ ਜਿਹੜੇ ਸਾਡੇ ਨਾਲ ਬਜ਼ੁਰਗ ਮਾਤਾ ਜੀ ਖੜੇ ਨੇ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵੀ ਧਾਰੋਵਾਲ ਭਾਈ ਲਛਮਣ ਸਿੰਘ ਦੀ ਜ਼ਮੀਨ ਇਹਨਾਂ ਨੂੰ ਅਲਾਟ ਹੋਈ ਹੋਈ ਹੈ ਬੱਲੇ ਬੱਲੇ ਔਰ ਇਹਨਾਂ ਦੇ ਘਰ ਵਿੱਚ ਗੁਰਦੁਆਰਿਆਂ ਦਾ ਸਾਹਿਬ ਦੀ ਸਲੈਬ ਵੀ ਪਈ ਹੋਈ ਹੈ ਬਜ਼ੁਰਗ ਅੱਜ ਵੀ ਇਸ ਗੱਲ ਤੇ ਉਹ ਜਿਹੜੇ ਮਾਤਾ ਜੀ ਬਜ਼ੁਰਗ ਮਾਈ ਬੋਲਦੇ ਨੇ ਉਹ ਗੱਲ ਇਹ ਗੱਲ ਕਹਿ ਰਹੇ ਨੇ ਉਹ ਕਹਿੰਦੇ ਨੇ ਕਿ ਅੱਜ ਸਾਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਕਿਉਂ ਅਸੀਂ ਝੂਠ ਦੇ ਪਿੱਛੇ ਪੈ ਗਏ ਕਿਉਂ ਅਸੀਂ ਦੁਨੀਆਂ ਨੂੰ ਸੱਚੀ ਸਮਝ ਕੇ ਤੇ ਉਸ ਆਖਰਤ ਨੂੰ ਭੁੱਲੀ ਬੈਠੇ ਹਾਂ ਤੇ ਇਸ ਕਰਕੇ ਫਿਰ ਜਦੋਂ ਪਹਿਲਾਂ ਮੈਨੂੰ ਮੌਕਾ ਮਿਲਿਆ ਇਸ ਪਿੰਡ ਦੇ ਵਿੱਚ ਅਸੀਂ 2 ਦਿਨ ਦਾ ਮੈਡੀਕਲ ਕੈਂਪ ਵੀ ਲਗਾਇਆ ਸੀ ਉਹ ਮੈਂ ਆਪਣੀ ਬਦਕਿਸਮਤੀ ਸਮਝਦਾ ਹਾਂ ਕਿ ਦੁਬਾਰਾ ਉਸ ਰਵਾਇਤ ਨੂੰ ਕਾਇਮ ਨਹੀਂ ਰੱਖ ਸਕਿਆ ਕਿ ਚਾਹੀਦਾ ਸੀ ਕਿ ਹਰ ਸਾਲ ਹੀ ਇੱਥੇ ਕੈਂਪ ਮੈਡੀਕਲ ਕੈਂਪ ਲੱਗਦਾ ਵੀਰ ਜੀ ਜਦੋਂ ਵੀ ਕੈਨੇਡਾ ਤੋਂ ਜਾਂ ਸੰਗਤਾਂ ਆਉਂਦੀਆਂ ਨੇ ਇੰਗਲੈਂਡ ਤੋਂ ਡਾਕਟਰ ਆਉਂਦੇ ਨੇ ਤੇ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਉਹਨਾਂ ਜੱਥਿਆਂ ਨੂੰ ਲੈ ਕੇ ਇੱਥੇ ਜਿਹੜੇ ਲੋਕਾਂ ਦਾ ਅੱਖਾਂ ਦਾ ਇਲਾਜ ਹੈ ਔਰ ਵੈਸੇ ਵੀ ਬਿਮਾਰੀਆਂ ਦਾ ਇਲਾਜ ਵਾਸਤੇ ਜਦੋਂ ਕੈਂਪ ਲਾਉਂਦੇ ਹੋ ਜੇ ਤੁਸੀਂ ਮੁਖਤਲਿਫ ਸ਼ਹਿਰਾਂ 'ਚ ਜਾਂਦੇ ਹੋ ਤੇ ਮਿਹਰਬਾਨੀ ਕਰਕੇ ਅਗਰ ਭਾਈ ਲਛਮਣ ਸਿੰਘ ਦੇ ਨਾਮ ਤੇ ਉੱਤੇ ਇਹ ਸੇਵਾ ਜਿਹੜੀ ਹੈ ਇੱਥੇ ਕੀਤੀ ਜਾਏ ਤੇ ਮੈਂ ਕਹਾਂਗਾ ਕਿ ਬਹੁਤ ਖੁਸ਼ੀ ਹੋਏਗੀ ਮੈਨੂੰ ਜੀ ਔਰ ਬਿਲਕੁਲ ਜ਼ਰੂਰ ਔਰ ਇੱਕ ਗੱਲ ਜਿਹੜੀ ਹੈ ਹੋਰ ਮੈਂ ਤੁਹਾਡੇ ਨਾਲ ਆ ਜਿਹੜੇ ਨਿਸ਼ਾਨ ਸਿੰਘ ਵੀਰ ਜੀ ਨਾਲ ਵੀ ਬਾਬਾ ਜੀ ਤੁਹਾਡੇ ਨਾਲ ਵੀ ਸਾਂਝੀ ਕਰਨਾ ਚਾਹੁੰਦਾ ਪਹਿਲੀ ਵਾਰੀ ਅੱਜ ਮੈਨੂੰ ਤਾਂ ਆਪ ਭੁੱਲ ਗਿਆ ਕਿੰਨੇ ਸਾਲ ਹੋ ਗਏ ਨੇ ਇਸ ਗੱਲ ਨੂੰ ਜਦੋਂ ਪਹਿਲੀ ਵਾਰੀ ਆਇਆ ਜਦੋਂ ਇਸ ਪਿੰਡ ਨੂੰ ਲੱਭਦਾ ਲੱਭਦਾ ਮੈਂ ਪਿੰਡ 'ਚ ਪੁੰਜਿਆ ਤੇ ਬਜ਼ੁਰਗ ਬਾਬਾ ਸੀ ਉਹ ਵੀ ਪੁੱਛਿਆ ਮੈਂ ਉਹ ਕਹਿੰਦੇ ਉਹ ਵੀ ਦੁਨੀਆਂ ਤੋਂ ਰੱਬ ਕੋਲ ਚਲੇ ਗਏ ਮਾਸਟਰ ਫਰੀਕ ਸਾਹਿਬ ਦੀ ਗੱਲ ਕਰ ਰਹੇ ਨੇ ਤੇ ਜਦੋਂ ਮੈਂ ਨਹੀਂ ਉਹਨਾਂ ਦੀ ਨਹੀਂ ਇਹ ਹੋਰ ਬਜ਼ੁਰਗ ਸਨ ਉਸ ਤੋਂ ਵੀ ਪਹਿਲਾਂ ਤੇ ਉਹ ਜਦੋਂ ਉਹਨਾਂ ਨੂੰ ਪੁੱਛਿਆ ਉਹ ਬਾਬਾ ਜੀ ਨੇ ਮੈਨੂੰ ਕਿਹਾ ਸਰਦਾਰ ਜੀ ਕੀ ਪੀਓਗੇ ਇਸੇ ਤਰ੍ਹਾਂ ਇਹ ਬਾਜ਼ਾਰ ਸਾਰਾ ਭਰਿਆ ਹੋਇਆ ਸੀ ਰਸ਼ ਨਾਲ
ਬੀਬੀਆਂ ਪੈਣਾ ਬੱਚੇ ਜਿਹੜੇ ਆ ਸਾਰੇ ਇਤਿਹਾਸ ਸੁਣ ਰਹੇ ਨੇ, ਤਾਰੀਖ ਸੁਣ ਰਹੇ ਨੇ ਕਿ ਇਸ ਪਿੰਡ ਦੇ ਇੱਕ ਸੂਰਮੇ ਨੇ ਜਾ ਕੇ ਬਾਬੇ ਗੁਰੂ ਨਾਨਕ ਦਾ ਜਿਹੜਾ ਨਨਕਾਣਾ ਉਹ ਵਾਗਜ਼ਾਰ ਕਰਾਇਆ ਸੀ ਕਿਹਨਾਂ ਕੋਲੋਂ, ਜ਼ਾਲਮਾਂ ਕੋਲੋਂ, ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਬਾਬੇ ਗੁਰੂ ਨਾਨਕ ਦੇ ਘਰ 'ਤੇ ਕਬਜ਼ਾ ਕੀਤਾ ਹੋਇਆ ਸੀ। ਮਹਾਂਤ ਸੀ ਜਿਹੜੇ ਕਿ ਅੰਗਰੇਜ਼ ਦੇ ਪਿੱਠੂ ਸਨ, ਅੰਗਰੇਜ਼ਾਂ ਦੇ ਪਿੱਠੂਆਂ ਕੋਲੋਂ ਵਾਗਜ਼ਾਰ ਕਰਾ ਕੇ ਅਤੇ ਦੁਬਾਰਾ ਜਿਹੜਾ ਸੀ ਨਨਕਾਣਾ ਸਾਹਿਬ ਜਿਹੜਾ ਸੀ ਉਹ ਸਿੱਖਾਂ ਨੂੰ ਵਾਪਸ ਦਿੱਤਾ ਗਿਆ ਸੀ। ਅਤੇ ਇਸ ਪਿੰਡ ਵਾਸੀਆਂ ਨੂੰ ਫਖਰ ਹੋਣਾ ਚਾਹੀਦਾ ਇਸ ਚੀਜ਼ 'ਤੇ ਕਿ ਅਗਰ ਅੱਜ ਪੂਰੀ ਦੁਨੀਆਂ ਦੇ ਵਿੱਚ ਸਿੱਖ ਬੈਠੇ ਨੇ ਤਾਂ ਇਸ ਘਰ ਦੀ ਵਜ੍ਹਾ ਨਾਲ ਬੈਠੇ ਨੇ, ਇਸ ਪਿੰਡ ਦੀ ਵਜ੍ਹਾ ਨਾਲ ਬੈਠੇ ਨੇ, ਔਰ ਇਸ ਗੁਰਦੁਆਰਾ ਸਾਹਿਬ ਦੀ ਵਜ੍ਹਾ ਨਾਲ ਬੈਠੇ ਨੇ। ਅੱਜ ਇੱਕ ਗੁਰਦੁਆਰਾ ਸਾਹਿਬ ਦੀ ਜਿਹੜਾ ਜਗ੍ਹਾ ਸੀ, ਔਰ ਜਦੋਂ ਮੈਂ ਪਿੰਡ 'ਚ ਆਉਂਦਾ ਉਹ ਕਹਿੰਦੇ ਸਰਦਾਰ ਜੀ ਕੀ ਪੀਓਗੇ, ਦੁੱਧ ਪੀਓ, ਲੱਸੀ ਪੀਓ, ਗੁੜ ਖਾਓ, ਗੁੜ ਜਿੱਥੇ ਕੱਢਦੇ ਸਨ ਉੱਥੇ ਸਾਨੂੰ ਲੈ ਕੇ ਗਏ। ਮੈਂ ਕਿਹਾ ਨਹੀਂ, ਮੈਂ ਪਹਿਲੀ ਵਾਰੀ ਭਾਈ ਲਛਮਣ ਸਿੰਘ ਦੇ ਪਿੰਡ ਆਇਆ, ਮੈਂ ਉਸ ਪਿੰਡ ਦਾ ਪਾਣੀ ਪੀਣਾ ਚਾਹੁੰਦਾ। ਉਸ ਬਾਬੇ ਨੇ ਮੈਨੂੰ ਇੱਕ ਗੱਲ ਕਹੀ ਸੀ, ਉਹ ਕਹਿਣ ਲੱਗਾ ਸਰਦਾਰ ਜੀ ਸਾਡੇ ਪਿੰਡ 'ਚ ਪਾਣੀ ਨਹੀਂ, ਅਸੀਂ ਪਾਣੀ ਬਾਹਰੋਂ ਭਰ ਕੇ ਲਿਆਂਦੇ ਪਿੰਡ ਦੇ ਬਾਹਰ ਜਿਹੜੇ ਨੇ ਹੈਂਡ ਪੰਪ ਲੱਗੇ ਨੇ ਕਿਉਂਕਿ ਪਾਣੀ ਜਿਹੜਾ ਥੱਲੇ ਚਲਾ ਗਿਆ। ਬੜੀ ਕੋਸ਼ਿਸ਼ ਕੀਤੀ ਮੈਂ ਲਾਹੌਰ ਤੋਂ ਵੀ, ਅੱਜ ਕੱਲ੍ਹ ਮਸ਼ੀਨਾਂ ਨੇ ਉਹ ਦੱਸ ਦਿੰਦੀਆਂ ਨੇ ਕਿ ਪਾਣੀ ਥੱਲੇ ਖਾਰਾ ਹੈ ਜਾਂ ਸਾਫ਼ ਹੈ, ਲੇਕਿਨ ਉਹਨਾਂ ਤੋਂ ਪਤਾ ਲੱਗਾ ਕਿ ਪਿੰਡ ਦਾ ਪਾਣੀ ਸਾਫ਼ ਨਹੀਂ ਹੈ। ਲੇਕਿਨ ਫਿਰ ਵੀ ਅੱਜ ਜਿਹੜੀ ਹਾਲਤ ਦੇਖਦੇ ਪਏ ਹਾਂ ਗਲੀਆਂ ਦੇ ਵਿੱਚ ਚਿੱਕੜ ਵਗੈਰਾ, ਇਹ ਹੋਣਾ ਨਹੀਂ ਚਾਹੀਦਾ। ਸਾਡਾ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਚਾਹੀਦਾ ਕਿ ਇਹ ਖੂਬਸੂਰਤ ਹੋਣ ਤਾਂ ਕਿ ਇੱਥੋਂ ਦੇ ਪੜ੍ਹਨ ਵਾਲੇ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਪਾਕਿਸਤਾਨ ਦੀ ਇਮੇਜ ਨੂੰ ਵੀ ਅੱਛੇ ਕਰਨ, ਔਰ ਜਿਹੜਾ ਹੈ ਇਹ ਜਿਹੜਾ ਪਿਆਰ ਅਤੇ ਸਾਡਾ ਭਾਈਚਾਰਾ ਜਿਹੜਾ ਹੈ ਇਹਨੂੰ ਅੱਗੇ ਲੈ ਕੇ ਜਾਣ। ਨੈਪੋਲੀਅਨ ਦੀ ਬਸ ਇੱਕ ਗੱਲ ਮੈਂ ਕਹਿ ਕੇ ਆਪਣੀ ਗੱਲ ਨੂੰ ਖਤਮ ਕਰਦਾ, ਨੈਪੋਲੀਅਨ ਇਹ ਗੱਲ ਕਹਿੰਦਾ ਸੀ, ਤੁਸੀਂ ਮੈਨੂੰ ਚੰਗੀਆਂ ਮਾਵਾਂ ਦੇਵੋ, ਮੈਂ ਤੁਹਾਨੂੰ ਸੰਗਾ ਸਮਾਜ ਦੇਵਾਂਗਾ। ਚੰਗੀਆਂ ਮਾਵਾਂ ਹੋਣਗੀਆਂ ਅਤੇ ਚੰਗੇ ਬੱਚੇ ਅੱਗੇ ਜਿਹੜੇ ਸੰਸਕਾਰੀ ਬੱਚੇ ਹੋਣਗੇ। ਅਤੇ ਅੱਜ ਇੱਕ ਵਾਰੀ ਫਿਰ ਮੈਂ ਇਸ ਗੱਲ ਨਾਲ ਖਤਮ ਕਰਦਾ ਹਾਂ, ਜਿਵੇਂ ਆਪ ਜੀ ਜਿਹੜਾ ਹੈ ਕਰਬਲਾ ਦੇ ਮੈਦਾਨ ਨੂੰ ਯਾਦ ਕਰਦੇ ਹਾਂ, ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਮੌਤ ਤੋਂ ਹਯਾਤ ਹੈ, ਹਯਾਤ ਵੀ ਹਯਾਤ ਹੈ। ਉਸ ਵੇਲੇ ਅਸੀਂ ਹਸਨ ਨੂੰ ਯਾਦ ਕਰਦੇ ਹਾਂ, ਜਿਸ ਤਰ੍ਹਾਂ ਸ਼ਹੀਦ ਭਾਈ ਧਰਮ ਸਿੰਘ ਸਾਡੇ ਲਈ ਨਹੀਂ ਤੁਹਾਡੇ ਲਈ ਵੀ ਇੱਕ ਸਿਤਾਰਾ ਹੈ। ਹਰ ਆਂਖ ਕਾ ਚਮਕਤਾ ਹੁਆ ਤਾਰਾ ਹੁਸੈਨ ਹੈ, ਹਰ ਆਂਖ ਕਾ ਚਮਕਤਾ ਹੁਆ ਤਾਰਾ ਹੁਸੈਨ ਹੈ, ਅਰਮਾਂ ਹੈ ਵੋ ਰਸੂਲ ਕਾ ਪਿਆਰਾ ਹੁਸੈਨ ਹੈ, ਹਰ ਸਿਮਤ ਹਰ ਜਗ੍ਹਾ ਮੇਰਾ ਦੁਲਾਰਾ ਹੁਸੈਨ ਹੈ, ਯੂੰ ਕਹਿ ਕੇ ਮੇਰਾ ਤੇਰਾ ਨਾ ਉਸਕੋ ਬਾਂਟੀਏ, ਹਮ ਸਭ ਹੈ ਹੁਸੈਨ ਕੇ ਹਮਾਰਾ ਹੁਸੈਨ ਹੈ। ਨਾਰੇ ਤਕਬੀਰ, ਜੈਸੇ ਮਿਲਤੇ ਹੈ ਦੋ ਲਬ ਨਾਮੇ ਮੁਹੰਮਦ ਕੇ ਸਬਬ, ਓ ਮਿਲ ਜਾਏ ਹਮ ਸਭ ਪੈਗਾਮੇ ਮੁਹੰਮਦ ਕੇ ਸਬਬ, ਕਿਉਂਕਿ ਬਾਬਾ ਜੀ ਨੇ ਕਿਹਾ ਮੁਸਲਮਾਨ ਕਹਾਣਾ ਬੜਾ ਮੁਸ਼ਕਲ ਹੈ, ਮੁਸਲਮਾਨ ਮੋਮ ਦਿਲ ਹੋਣਾ ਚਾਹੀਦਾ ਹੈ, ਮੁਸਲਮਾਨ ਪੰਜ ਵਕਤ ਦਾ ਨਮਾਜ਼ੀ ਹੋਣਾ ਚਾਹੀਦਾ ਹੈ, ਮੁਸਲਮਾਨ ਦੂਸਰੇ ਦੇ ਗੁਆਂਢੀਆਂ ਦਾ ਭਲਾ ਸੋਚਣ ਵਾਲਾ ਹੋਣਾ ਚਾਹੀਦਾ ਹੈ। ਅਸੀਂ ਤਾਂ ਭਲਾ ਸੋਚਦੇ ਹਾਂ, ਲੇਕਿਨ ਜੇ ਕੋਈ ਗੁਆਂਢੀ ਸਾਡੇ ਜਾਂ ਗੁਆਂਢੀ ਮੁਲਕ ਨਾ ਸੋਚਣ ਤੇ ਉਹਦੇ ਤੇ ਫਿਰ ਅਸੀਂ ਕੁਛ ਨਹੀਂ ਕਰ ਸਕਦੇ। ਬਹੁਤ ਤੁਹਾਡਾ ਸ਼ੁਕਰੀਆ ਇਸ ਗੱਲ ਦਾ ਕਿ ਤੁਸੀਂ ਉਸੇ ਤਰ੍ਹਾਂ ਹੀ ਪਿਆਰ ਦਿੱਤਾ ਹੈ, ਸਾਡੀ ਇਸ ਘਰ ਨੂੰ ਵੀ ਨਮਸਕਾਰ ਹੈ ਤੇ ਰਹਿਣ ਵਾਲਿਆਂ ਨੂੰ ਵੀ ਹਮੇਸ਼ਾ ਨਮਸਕਾਰ ਰਹੇਗੀ, ਜਿੱਥੇ ਸਾਡਾ ਗੁਰੂ ਆ ਕੇ ਠਹਿਰਿਆ, ਜਿਸ ਧਰਤੀ ਦੀ ਭੋਏ ਤੋਂ ਉਸ ਧਰਤੀ ਨੇ ਇੱਕ ਖੂਨ ਇਹੋ ਜਿਹਾ ਖੂਨ ਪੈਦਾ ਕੀਤਾ ਜਿਹੜਾ ਖਤਮ ਹੋਣ ਤੋਂ ਬਾਅਦ ਵੀ ਅੱਜ ਤੱਕ ਵੀ ਨਹੀਂ ਮਿਟ ਸਕਿਆ। ਔਰ ਇਸ ਪਿੰਡ ਦੇ ਲਈ ਦੁਆਵਾਂ, ਉੱਥੇ ਜਨਮ ਸਥਾਨ ਵੀ ਇੱਥੇ ਵੀ ਹੈ ਕਿ ਪਿੰਡ ਨੂੰ ਰੱਬ ਹਮੇਸ਼ਾ ਵੱਸਦਾ ਹੱਸਦਾ ਰੱਖੇ, ਹਰ ਘਰ ਵਿੱਚ ਸੁੱਖੀਆਂ ਖੁਸ਼ੀਆਂ ਖੇੜੇ ਹੋਣ, ਹਰ ਘਰ ਵਿੱਚ ਜਿਹੜਾ ਬੱਚਿਆਂ ਨੂੰ ਜਿਹੜਾ ਹੈ ਵਧੀਆ ਤਾਲੀਮ ਦੇਵੇ, ਹਰ ਘਰ ਦੇ ਬੱਚੇ ਅੱਛੇ ਪੜ੍ਹ ਲਿਖ ਕੇ ਅੱਛੀਆਂ ਨੌਕਰੀਆਂ ਚੱਲਣ, ਸਾਰੀਆਂ ਮਸਜਿਦਾਂ ਸਵੇਰੇ ਸ਼ਾਮ ਪੰਜੋ ਵਕਤ ਭਰੀਆਂ ਹੋਣ, ਨਮਾਜ਼ੀ ਦੀ ਨਮਾਜ਼ੀ ਹੋਣ, ਇਸ ਤਰ੍ਹਾਂ ਦੀ ਜਿਹੜੀਆਂ ਸਾਡੀਆਂ ਦੁਆਵਾਂ ਨੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ ਭਾਈ ਜਨਮ ਸਿੰਘ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਰਹੇ ਸਨ, ਇੱਕ ਤੇ ਇਸ ਜਗ੍ਹਾ ਦੀ ਇਤਿਹਾਸ ਦੇ ਮੁਤਲਕ, ਔਰ ਦੂਸਰਾ ਨਾਲ ਹੀ ਨਾਲ ਉਹਨਾਂ ਨੇ ਥੋੜਾ ਜਿਹਾ ਮੁਸਲਿਮ ਹਿਸਟਰੀ ਦੇ ਬਾਰੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਬਹੁਤ ਹੀ ਪਾਏਦਾਰ ਗੱਲ ਕੀਤੀ ਹੈ। ਬੇਟਾ ਉਹ ਉੱਥੋਂ ਇੱਕ ਮਸ਼ੀਨ ਜੀ ਪਈ ਉਹ ਗੇਟ ਦੇ ਉੱਤੇ, ਉਹ ਚੁੱਕ ਲਿਓ ਜ਼ਰਾ। ਹਾਂਜੀ ਜੀ, ਤੇ ਆ ਦੇਖੋ ਜੀ ਤੁਸੀਂ ਸਾਰੇ, ਮੈਂ ਕਹਿ ਰਿਹਾ ਕਿ ਦੇਖੋ ਕਿੰਨੇ ਲੋਕ ਜਿਹੜੇ ਹੈ, ਹਾਂਜੀ ਬਹੁਤ ਜ਼ਿਆਦਾ ਸਾਰੇ ਲੋਕ ਜਿਹੜੇ ਹੈ ਉਹ ਦੇਖ ਰਹੇ ਨੇ, ਗੱਲਬਾਤ ਸੁਣ ਰਹੇ ਨੇ, ਔਰ ਮੈਂ ਹੀ ਕਹਾਂਗਾ ਕਿ ਦੇਖੋ ਆ ਦੇਖੋ ਜ਼ਰਾ ਤੁਸੀਂ, ਖਾਣ ਲਈ ਜਗ੍ਹਾ ਨਹੀਂ ਹੈਗੀ, ਮਿਲਿਆ ਕੁਛ ਨਵਾਂ ਸਿੱਖਣ ਲਈ ਮਿਲਿਆ, ਲਾਭ ਨਹੀਂ ਦਿੰਦੇ। ਤੁਹਾਡੇ ਪਿੰਡ ਦਾ ਇਤਿਹਾਸ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ, ਹੈ ਕਿ ਨਹੀਂ? ਇਹ ਮੈਟਰ ਨਹੀਂ ਕਰਦਾ ਕਿ ਕਿਹੜੇ ਮਜ਼ਹਬ ਤੋਂ ਆ, ਮੈਟਰ ਇਹ ਕਰਦਾ ਕਿ ਉਹ ਸਾਡੇ ਪਿੰਡ ਦੇ ਸੀ, ਸਮਝੇ ਕਿ ਨਹੀਂ? ਤੁਹਾਡੇ ਲਈ ਮਾਣ ਵਾਲੀ ਗੱਲ ਆ, ਠੀਕ ਨੀ? ਅੱਜ ਤੋਂ ਬਾਅਦ ਚ ਦੱਸਿਆ ਕਰੋਗੇ ਵੀ ਅਸੀਂ ਕਿਹੜੇ ਪਿੰਡ ਤੋਂ ਆ। ਧਾਰਵਾਲੀ, ਹੌਲੀ ਹੌਲੀ ਬੋਲਦੇ ਆ, ਧਾਰਵਾਲੀ ਹੌਲੀ ਹੌਲੀ। ਲਿਆ ਬੇਟਾ, ਹਾਂਜੀ ਜੀ ਬਾਬਾ ਜੀ, ਇਸ ਘਰ ਚ ਜਦੋਂ ਪਹਿਲੀ ਵਾਰੀ ਦਾਸ ਆਇਆ ਸੀ
ਇਹ ਬਿਲਕੁਲ ਘਰ ਜਿਵੇਂ ਸੜਕ ਨੀਵੀਆਂ ਨੇ ਉਵੇਂ ਨੀਵਾਂ ਸੀ। ਪਰਲੀ ਤਰਫ ਵੀ ਇੱਕ ਦਰਵਾਜ਼ਾ ਸੀ, ਪੁਰਾਣੀ ਡਾਟ ਜਿਵੇਂ ਗੁਰਦੁਆਰਾ ਸਾਹਿਬ ਦੀ ਡਾਟ ਸੀ, ਇੱਥੇ ਲੋਹੇ ਦਾ ਵੱਡਾ ਗਾਰਡਰ ਸੀ। ਲੇਕਿਨ ਜੋ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਜੋ ਮੈਂ ਪਹਿਲੀ ਵਾਰੀ ਦੇਖਿਆ ਸੀ ਉਹ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਕਿ ਬਹੁਤ ਹੀ ਗਰੀਬੜਾ ਜਿਹਾ ਘਰ ਇਸ ਜਗ੍ਹਾ ਤੇ ਰਹਿ ਰਿਹਾ, ਜਿਨ੍ਹਾਂ ਦਾ ਘਰ ਵਿੱਚ ਛੋਟੀ ਜਿਹੀ ਜਗ੍ਹਾ ਸੀ, ਉਹਦੇ ਵਿੱਚ ਹੀ ਮੱਝ, ਉਸੀ ਜਗ੍ਹਾ ਦੇ ਵਿੱਚ ਹੀ ਉਹਨਾਂ ਨੇ ਮੱਝ ਬੰਨੀ ਹੋਈ ਸੀ, ਉਹਦੇ ਵਿੱਚ ਹੀ ਰਹਿਣ ਦੀ ਜਗ੍ਹਾ ਸੀ। ਤੇ ਮੇਰੀ ਤਾਂ ਇਹੀ ਖੁਆਇਸ਼ ਸੀਗੀ, ਮੈਂ ਤੁਹਾਨੂੰ ਆਉਂਦੇ ਸ਼ਾਂਤ ਸਿੰਘ ਜੀ ਨੇ ਹੀ ਗੱਲ ਕਹੀ ਹੈ ਕਿ ਦੇਖੋ ਇਹ ਸਾਡਾ ਗੁਰੂ ਤਿਉਹਾਰ ਸੀਗਾ ਸਾਡਾ, ਤੁਹਾਨੂੰ ਯਾਦ ਹੋਣਾ ਚਾਹੀਦਾ। ਕੱਚੀ ਗੜੀ ਦੇ ਵਿੱਚ ਸਿੰਘਾਂ ਨੇ ਕਿਹਾ ਸੀ ਮਹਾਰਾਜ ਜੀ ਹੁਣ ਗੜੀ ਨਹੀਂ ਰਹੀ, ਹੁਣ ਤੇਰੇ ਕਦਮ ਪੈ ਗਏ ਨੇ, ਇਸ ਕਰਕੇ ਹੁਣ ਜਿਹੜਾ ਗੁਰਦੁਆਰਾ ਹੋ ਗਿਆ ਅਸੀਂ ਦੇਖ ਨਹੀਂ ਸਕਦੇ। ਅੱਜ ਜਿੱਦਾਂ ਦੂਸਰੇ ਗੁਰਦੁਆਰਾ ਅਸੀਂ ਦੇਖਦੇ ਹਾਂ ਬਿਲਡਿੰਗਾਂ ਤੇ ਉੱਥੇ ਪ੍ਰਕਾਸ਼ ਨਹੀਂ ਹੈ, ਲੇਕਿਨ ਇੱਥੇ ਵੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਰਿਹਾ। ਜਿਹੜਾ ਬਾਹਰਲੀਆਂ ਸੰਗਤਾਂ ਜਿਹੜੀਆਂ ਚਾਹੀਦੀਆਂ ਨੇ ਉਹਨਾਂ ਨੂੰ ਚਾਹੀਦਾ ਵੀ ਗੁਰੂ ਨੇ ਤਾਂ ਇੱਕ ਗੱਲ ਕੀ ਆ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਜਿਹੜੇ ਲੋਕ ਉਹ ਪੁਰਾਣਾ ਗਾਰਡਨ ਇਹਨਾਂ ਦਾ ਜੀ, ਬਹੁਤ ਭਾਰਾ ਵੱਡਾ ਗਾਰਡਨ, ਦੇਖੋ ਥੱਲੇ ਲਾ ਫੁੱਟ 22 ਫੁੱਟਾ ਗਾਰਡਨ ਸੀ ਇਸ ਗੁਰਦੁਆਰਾ ਸਾਹਿਬ ਦੇ ਉੱਤੇ ਪਿਆ ਹੋਇਆ ਜਿਹੜਾ ਕਿ ਹਾਂ ਜੀ 22 ਫੁੱਟਾ ਗਾਰਡਨ ਸੀ। ਆਹ ਦੇਖੋ ਜੀ ਗੁਰੂ ਘਰ ਦਾ ਜਿਹੜਾ ਗਾਰਡਨ ਸੀ, ਠੀਕ ਹੈ ਜੀ। ਆਹ ਬਾਰੀਆਂ ਵੀ ਹੈ ਉਹੀ ਹੈ ਪਿੱਛੇ, ਮੇਰਾ ਖਿਆਲ ਹੈ ਇਹ ਹਿੱਸਾ ਮੇਰਾ ਖਿਆਲ ਹੈ ਜੀ ਆਹ ਗਾਰਡਨ ਇੱਕ ਨਜ਼ਰ ਆ ਰਿਹਾ। ਆਹ ਦੇਖੋ ਆਹ ਗਾਰਡਨ ਵਿੱਚ, ਹਾਂ ਬਿਲਕੁਲ ਆਹ ਦੇਖੋ ਵੱਡਾ ਗਾਰਡਨ ਸੀ। ਆਹ ਇੱਕ ਦੀਵਾਰ ਮੇਰਾ ਖਿਆਲ ਹੈਗੀ ਹੈ ਥੋੜੀ ਜਿਹੀ, ਉਹ ਪੁਰਾਣੀਆਂ ਚੌਕੇ ਜੀ, ਉਹ ਨਾਨਕ ਸ਼ਾਹੀ ਚੌਕਾ ਜਿਹੜਾ। ਆਹ ਦੇਖੋ ਜੀ ਨਾਨਕ ਸ਼ਾਹੀ ਚੌਕਾ ਵੀ ਉੱਥੇ ਪਿਆ ਜੀ। ਠੀਕ ਹੈ ਜੀ, ਬਹੁਤ ਜ਼ਿਆਦਾ ਮਜ਼ਬੂਤ ਦੀਵਾਰਾਂ ਸਨ ਨਾ ਜੀ, 22 ਫੁੱਟ ਸੀ ਨਾ 22 ਜਿਹੜਾ ਵਾ ਨਾ ਦੀਵਾਰ। ਹਾਂਜੀ ਹਾਂਜੀ ਆ ਜਾਓ ਆ ਜਾਓ ਭਾਜੀ, ਜਿਵੇਂ ਸਾਧ ਸੰਗਤ ਜੀ ਜਾਓ ਨਾ ਪੁੱਤਰ ਬਾਹਰ, ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਕਿ ਘਰ ਦੀ ਹਾਲਤ ਕਿਸ ਤਰ੍ਹਾਂ ਦੀ ਸੀ, ਲੇਕਿਨ ਉਹ ਮੈਂ ਬਾਹਰ ਦੱਸਿਆ, ਹੁਣ ਮੈਂ ਅੰਦਰ ਆਇਆ, ਮੈਂ ਅੱਜ ਵੀ ਤੁਹਾਨੂੰ ਦੱਸ ਰਿਹਾ ਕਿ ਅੱਜ ਵੀ ਹਾਲ ਚ ਮੈਨੂੰ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਇਹਨਾਂ ਦੇ ਘਰ ਦੇ ਹਾਲ ਉਸੇ ਤਰ੍ਹਾਂ, ਇੱਕ ਕਮਰੇ ਚ ਇਹਨਾਂ ਨੇ ਮੱਝਾਂ ਬੰਨੀਆਂ ਨੇ, ਦੂਜੇ ਕਮਰਿਆਂ ਦੇ ਵਿਚਾਰੇ ਕੋ ਉੱਥੇ ਤੂੜੀ ਹੈ, ਉੱਥੇ ਇਹ ਜਗ੍ਹਾ ਪਈਆਂ ਨੇ, ਤੇ ਸਿੱਖ ਕੌਮ ਨੂੰ ਚਾਹੀਦਾ ਹੈ ਔਰ ਨਾਲੇ ਤੂੜੀ ਹੈ ਬਾਬਾ ਜੀ, ਉਹਨੂੰ ਆਫ ਕਰੋ ਕੈਮਰੇ ਨੂੰ, ਨਾਲੇ ਹੀ ਤੂੜੀ ਹੈ। ਹਾਂਜੀ ਤੇ ਨਾਲੇ ਆ ਦੇਖ ਲੋ, ਨਾਲੇ ਬਾਬਾ ਜੀ ਤੂੜੀ ਹੈ, ਨਾਲੇ ਰਸੋਈ ਹੈ। ਹਾਂਜੀ ਜੀ ਇੱਕ ਹੀ ਜਗ੍ਹਾ ਤੇ, ਇੱਕੋ ਜਗ੍ਹਾ ਤੇ ਸਾਰਾ ਕੁਛ ਹੈ, ਔਰ ਨਾਲੇ ਦੇਖੋ ਕਮਰਾ ਹੈ ਇਸੀ ਜਗ੍ਹਾ ਤੇ, ਕਦੀ ਇਹ ਵੀ ਇਹਨਾਂ ਨੇ ਵਿਚਾਰਿਆਂ ਨੇ ਹੁਣ ਪਤਾ ਨਹੀਂ ਕਿਵੇਂ ਬਣਾਇਆ ਹੋਏਗਾ। ਇਸੇ ਕੰਮ ਨੂੰ ਚਾਹੀਦਾ ਕਿ ਇਹੋ ਜਿਹੀਆਂ ਜਗ੍ਹਾ ਦੀ ਜਿਹੜੀ ਹੈ ਸੰਭਾਲ ਕਰਨੀ ਚਾਹੀਦੀ ਹੈ ਜਿਹੜੀਆਂ ਕਿ। ਹਾਂਜੀ ਜੀ ਬਿਲਕੁਲ, ਸੇਵਾ ਪੁੱਛੀ ਜਾਂਦੀ ਹੈ ਜੀ, ਸੇਵਾ ਕੀ ਕਰੀਏ, ਆਹ ਦੇਖ ਲੋ ਹੁਣ ਜਗ੍ਹਾ ਤੁਸੀਂ ਸਾਰੀਆਂ ਦੇਖ ਲਈਆਂ ਨੇ ਤੇ ਸੇਵਾ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਜਿੱਦਾਂ ਮੈਡੀਕਲ ਕੈਂਪ ਦੱਸੇ ਜਾਂਦੇ ਆ ਜੀ, ਆਈ ਮੈਡੀਕਲ ਕੈਂਪ ਲੱਗ ਰਿਹਾ ਜੀ, ਗਲੇ ਦਾ ਮੈਡੀਕਲ ਕੈਂਪ ਲੱਗ ਰਿਹਾ, ਤੇ ਇਹ ਜਗ੍ਹਾ ਹੈ ਅਸਲ, ਇਹ ਜਗ੍ਹਾ ਹੈ ਸਰਵ ਸੇਵਾ ਵਾਲੀ, ਇਹਨਾਂ ਜਗ੍ਹਾ ਤੇ ਸੇਵਾ ਹੋਣੀ ਜ਼ਰੂਰੀ ਹੈ ਜੀ, ਜਿੱਥੇ ਦੇ ਸ਼ਹੀਦ ਹੋਏ ਆ ਔਰ ਜਿੱਥੇ ਮਤਲਬ ਕਿ ਪੰਥ ਜਿਹੜਾ ਅੱਜ ਸਜਿਆ ਹੈ ਜਿਸ ਹਾਲਤ ਵਿੱਚ ਹੈ, ਤੇ ਇਹਨਾਂ ਸ਼ਹੀਦੀਆਂ ਨੂੰ ਪ੍ਰਾਪਤ ਕਰਕੇ ਹੀ ਸਜਿਆ ਹੋਇਆ ਅੱਜ। ਬਿਲਕੁਲ ਬਿਲਕੁਲ ਠੀਕ ਹੈ ਜੀ, ਬਹੁਤ ਸ਼ੁਕਰੀਆ ਬਾਬਾ ਜੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਭਾਈ ਸ਼ਹੀਦ ਲਕਸ਼ਮਣ ਸਿੰਘ ਜੀ ਦਾ ਪਿੰਡ ਜਿਹੜਾ ਧਾਰੋਵਾਲ ਜੀ, ਧਾਰੋਵਾਲ ਹੀ ਹੈ ਜੀ, ਸ਼ਾਹਕੋਟ ਤੋਂ ਥੋੜ੍ਹਾ ਜਿਹਾ ਅੱਗੇ ਆ ਕੇ 6 ਕਿਲੋਮੀਟਰ ਦੇ ਫਾਸਲੇ 'ਤੇ ਹੈ ਵੈਸਟ ਵਾਲੀ ਸਾਈਡ ਦੇ ਉੱਤੇ, ਔਰ ਬਾਰਿਸ਼ ਕਰਕੇ ਕਿਉਂਕਿ 2 ਦਿਨ ਬਾਰਿਸ਼ ਹੁੰਦੀ ਰਹੀ ਆ, ਬਹੁਤ ਮਾੜੀ ਹਾਲਤ ਹੈ, ਔਰ ਇੱਥੇ ਕੀ ਕਹਿੰਦੇ ਨੇ ਜਿਸ ਤਰ੍ਹਾਂ ਪਿੰਡਾਂ ਦਾ ਕੱਚਾ ਕਹਿੰਦੇ ਨੇ ਕਿ ਕੱਚਾ ਰਸਤਾ ਉਹ ਬਹੁਤ ਜ਼ਿਆਦਾ ਖਰਾਬ ਹੈ, ਹੁਣ ਤੁਹਾਡੇ ਕੋਲ ਅਸੀਂ ਜ਼ਿਆਦਾ ਚਾਹਵਾਂਗੇ। ਆਹ ਦੇਖ ਲਓ ਤੁਸੀਂ ਭਾਜੀ, ਆਹ ਦੇਖੋ ਭਾਜੀ, ਦੱਸੋ ਜ਼ਰਾ ਪੂਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਜੀ, ਗੱਲਬਾਤ ਸੁਣਨ ਨੂੰ, ਦੇਖਣ ਨੂੰ, ਇਤਿਹਾਸ ਨੂੰ ਸੁਣਨ ਲਈ ਲੋਕ ਜਿਹੜੇ ਆ ਪਹੁੰਚੇ ਆ। ਭਾਈ ਸਾਹਿਬ ਨੇ ਪਿੰਡ ਨਾਲ ਵੀ ਚਲੋ ਇਤਿਹਾਸ ਦੀ ਸਾਂਝ ਪਾਈ ਹੈ, ਜੇ ਨਹੀਂ ਵੀ ਪਤਾ ਹੋਵੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ, ਅੱਗੇ ਉਸ ਇਤਿਹਾਸ ਨੂੰ ਕੈਰੀ ਕਰਨਾ ਇਹਨਾਂ ਨੇ ਮੋਢਿਆਂ 'ਤੇ, ਇਹ ਵੀ ਇਹਨਾਂ ਦੀ ਵੀ ਜ਼ਿੰਮੇਵਾਰੀ ਆ, ਇਹਨਾਂ ਨੂੰ ਮਾਣ ਹੋਣਾ ਚਾਹੀਦਾ ਵਾ ਕਿ ਇਸ ਪਿੰਡ ਤੋਂ ਸੀਗੇ ਭਾਈ ਲਕਸ਼ਮਣ ਸਿੰਘ ਜੀ, ਅਤੇ ਸਾਡੇ ਵੀ ਧੰਨ ਭਾਗ ਜਿਹਨਾਂ ਨੂੰ ਇੱਥੇ ਦਰਸ਼ਨ ਕਰਨ ਜੀ। ਮੈਨੂੰ ਖੁਦ ਪਹਿਲੀ ਵਾਰੀ ਮੈਂ ਆਇਆ ਜੀ, ਮੈਂ ਇਤਿਹਾਸਕਾਰ ਹਾਂ, ਮੈਂ ਖੋਜਕਾਰ ਹਾਂ, ਰਿਸਰਚਰ ਹਾਂ, ਲੇਕਿਨ ਮੈਨੂੰ ਵੀ ਇਸ ਜਗ੍ਹਾ ਦੇ ਮੁਤਲਕ ਨਹੀਂ ਸੀ ਪਤਾ। ਬਹੁਤ ਸ਼ੁਕਰੀਆ ਜੀ, ਫਤਿਹ ਜਾਦੋ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।